ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ 448 ਦਿਨ ਬਾਅਦ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝਾ ਕੀਤੀ ਹੈ ਜਿਸ ਨਾਲ ਹੀ ਉਹਨਾਂ ਸਰਕਾਰਾਂ ਤੇ ਜਾਂਚ ਅਧਿਕਾਰੀਆਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ ਪੁੱਤ ਦੇ ਕਤਲ ਦਾ ਇਨਸਾਫ ਮੰਗ ਰਹੇ ਬਲਕੌਰ ਸਿੰਘ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਇਹ ਹਮੇਸ਼ਾ ਸਪਸ਼ਟ ਹੈ ਕਿ ਅਜਿਹੇ ਆਧੁਨਿਕ ਹਥਿਆਰਾਂ ਦੇ ਨਾਲ ਕੋਈ ਵੀ ਅਪਰਾਧ ਸਿਆਸੀ ਤਾਕਤ ਦੀ ਸ਼ਰਨ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਤੇ ਹੁਣ ਇਹ ਪਰਮਾਨਿਤ ਹੋਇਆ ਹੈ ਮੀਡੀਆ ਖਬਰਾਂ ਅਨੁਸਾਰ ਅਯੋਧਿਆ ਯੂਪੀ ਤੋਂ ਇੱਕ ਬਾਹੂਬਲੀ ਭਾਜਪਾ ਨੇਤਾ ਵਿਕਾਸ ਸਿੰਘ ਨੂੰ ਜੂਨ ਦੇ ਵਿੱਚ ਐਨਆਈਏ ਨੇ ਲੋਰੈਂਸ ਬਿਸ਼ਨੋਈ ਦੇ ਸਾਥੀਆਂ ਨੂੰ ਸ਼ਰਨ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਸ਼ਰਨ ਦੇਣ ਸਮੇਂ ਉਹਨਾਂ ਦੇ ਕੋਲ ਹਥਿਆਰ ਸਨ ਚਾਰਜ ਸ਼ੀਟ ਵਿੱਚ ਅਜੇ ਵੀ ਉਸ ਦਾ ਨਾਮ ਨਹੀਂ ਹੈ ਵਿਕਾਸ ਸਿੰਘ ਦਾ ਰਿਕਾਰਡ ਹੈਰਾਨ ਕਰਨ ਵਾਲਾ ਹੈ ਉਹ 1990 ਦੇ ਦਹਾਕੇ ਤੋਂ ਇੱਕ ਗੈਂਗ ਮੈਂਬਰ ਹੈ ਅਤੇ ਉਸ ਉੱਪਰ ਕਤਲ ਤੇ ਜ਼ਬਰੀ ਵਸੂਲੀ ਸਮੇਤ 21 ਕੇਸ ਦਰਜ ਨੇ यूपी सरकार दी नाक हिट उसने अपने लखनऊ उस दी फ्लैट ਵਿੱਚ Mohali ਵਿੱਚ ਪੰਜਾਬ ਦੇ ਖੂਫੀਆ ਹੈੱਡਕੁਆਰਟਰ ਦੇ ਕਥਿਤ ਹਮਲਾਵਰਾਂ ਨੂੰ ਦੋ ਕਾਰੋਬਾਰੀਆਂ ਦੇ ਕਤਲ ਕਰਨ ਵਾਲਿਆਂ ਨੂੰ 10 ਕੇਸਾਂ ਵਿੱਚ ਨਾਮਜ਼ਦ ਅਤੇ ਫਿਰ Sidhu ਨੂੰ ਕਤਲ ਕਰਨ ਵਾਲੇ ਸ਼ੂਤਰਾਂ ਨੂੰ ਪਨਾ ਦਿੱਤੀ ਉਸ ਦੀ यूपी ਵਿੱਚ ਵੱਡੇ ਨੇਤਾਵਾਂ ਨਾਲ ਉੱਠਣੀ ਪੈਣੀ ਹੈ ਤੇ ਉਸਨੇ 2022 ਦੀਆਂ यूपी ਚੋਣਾਂ ਵਿੱਚ BJP ਦੀ आरती तिवारी ਲਈ ਪ੍ਰਚਾਰ ਵੀ ਕੀਤਾ ਸੀ ਇੱਕ ਹੋਰ ਬਾਹੂਬਲੀ ਬ੍ਰਿਜ ਪੂਸ਼ਣ ਸ਼ਰਨ ਜਿਸ ਤੇ ਪਹਿਲਵਾਨਾਂ ਵੱਲੋਂ ਛੇੜਛਾੜ ਦਾ ਦੋਸ਼ ਲਗਾਇਆ ਗਿਆ ਤੇ ਜਿਸ ਤੇ ਪਹਿਲਾਂ ਹੀ 38 ਕੇਸ ਨੇ ਉਸ ਨੂੰ ਵੀ ਉਸ ਦੇ ਨਾਲ ਦੇਖਿਆ ਗਿਆ ਇਹ ਗੈਂਗਸਟਰ ਲੀਡਰ ਕਿਉਂ ਬਣ ਰਹੇ ਨੇ ਅਤੇ ਸਿਆਸਤਦਾਨਾਂ ਦੀ ਸ਼ਰਨ ਵਿੱਚ ਕਿਉਂ ਨੇ ਪਹਿਲਾਂ ਇਹਨਾਂ ਕਿਸੇ ਹੋਰ ਨੂੰ ਮਾਰਿਆ ਫਿਰ ਇਸ ਰਾਜਨੀਤਿਕ ਗੈਂਗਸਟਰ ਗੱਠ ਜੋੜ ਨੇ ਮੇਰੇ ਪੁੱਤਰ ਨੂੰ ਮਾਰ ਦਿੱਤਾ ਕੱਲ ਤੁਸੀਂ ਵੀ ਹੋ ਸਕਦੇ ਹੋ ਕਦ ਤੱਕ ਇਸ ਦੇਸ਼ ਨੂੰ ਅਜਿਹੇ ਲੋਕਾਂ ਦਾ ਸ਼ਿਕਾਰ ਹੋਣਾ ਪਵੇਗਾ ਜਿਨ੍ਹਾਂ ਲਈ ਕਾਨੂੰਨ ਇਹਨਾਂ ਦੇ ਪੈਰਾ ਹਟਾਏ ਕਦੋਂ ਤੱਕ ਅਸੀਂ ਆਪਣੇ ਧੀਆਂ ਪੁੱਤਾਂ ਲਈ ਬੇਵਸ ਰਹਾਗੇ ਬਲਕੌਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਦੇ ਉੱਪਰ ਯੂਜ਼ਰਸ ਵੱਲੋਂ ਖਾਸੇ ਕਮੈਂਟਸ ਕੀਤੇ ਜਾ ਰਹੇ ਨੇ ਬਿਊਰੋ ਰਿਪੋਰਟ এবੀਪੀ ਸਾਂਝਾ